ਹਾਲ ਹੀ ਵਿੱਚ ਹਰਮਿੰਦਰ ਸਿੰਘ ਗਿੱਲ ਨੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਅਜਿਹਾ ਬਿਆਨ ਦੇ ਦਿੱਤਾ ਕਿ ਹਰ ਕੋਈ ਉਸ ਬਿਆਨ ਦੀ ਹੁਣ ਨਿੰਦਾ ਕਰ ਰਿਹਾ ਹੈ। ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਇੱਛਾ ਜਤਾਈ ਹੈ ਕਿ ਰੋਜ਼ਾਨਾ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ 1 ਲੱਖ ਸ਼ਰਧਾਲੂ ਹਰੀਕੇ ਪੱਤਣ ਵਿਖੇ ਰੁਕਣ ਅਤੇ ਇੱਥੋਂ ਦੀਆਂ ਮੱਛੀਆਂ ਖਾਣ ਤਾਂ ਜੋ ਇੱਥੋਂ ਦੇ ਲੋਕਾਂ ਦਾ ਕਾਰੋਬਾਰ ਵੱਧ ਸਕੇ। ਇਹਦੇ ਲਾਗੇ ਹਰੀਕਾ ਬਰਡ ਸੈਂਚੁਰੀ ਹੈ, ਸਾਡੀ ਦੁਨੀਆ ਦੀ ਸਭ ਤੋਂ ਵੱਡੀ, ਜਿੱਥੇ ਤਕਰੀਬਨ 1 ਸਾਲ ਦੇ ਵਿੱਚ 1.25 ਲੱਖ ਪੰਛੀ ਸਾਈਬੇਰੀਆ ਤੋਂ ਮਾਈਗ੍ਰੇਟ ਹੋ ਕੇ ਆਉਂਦਾ। ਜਿੱਡੀ ਵੱਡੀ ਲੇਕ ਹੈ, ਮੈਂ ਦੁਨੀਆ ਵਿੱਚ ਅਮਰੀਕਾ, ਕੈਨੇਡਾ, ਇੰਗਲੈਂਡ ਬਹੁਤ ਘੁੰਮਿਆ, ਮੈਨੂੰ ਇੱਡੀ ਵੱਡੀ ਲੇਕ ਕਿਤੇ ਨਹੀਂ ਮਿਲੀ। ਜਿੱਥੇ ਆਣ ਕੇ ਬਿਆਸ ਤੇ ਸਤਲੁਜ ਦਾ ਦਰਿਆ ਮਿਲਦਾ, ਉਹ ਸੰਗਮ ਵੇਖਣ ਵਾਲਾ। ਔਰ ਤੁਹਾਡੀ ਸਰਕਾਰ 9.5 ਕਰੋੜ ਰੁਪਇਆ ਉੱਥੇ ਲਾ ਦਿੱਤਾ ਹੈ, ਅਸੀਂ CM ਸਾਹਿਬ ਨੂੰ ਰਿਪੋਰਟ ਦਿੱਤੀ ਹੈ, ਔਰ 10-15 ਦਿਨਾਂ ਦੇ ਵਿੱਚ ਇੱਥੇ ਮੰਤਰੀ ਸਾਹਿਬ ਆਉਣਗੇ, ਔਰ ਇੱਥੇ ਜਿੰਨਾ ਵੀ ਪੈਸਾ ਲੱਗਿਆ, ਅਸੀਂ ਚਾਹੁੰਦੇ ਹਾਂ ਕਿ ਜਿਹੜਾ 1 ਲੱਖ ਸ਼ਰਧਾਲੂ ਰੋਜ਼ ਅੰਮ੍ਰਿਤਸਰ ਆਉਂਦਾ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ, ਉਹ ਹਰੀਕੇ ਵਾਲਿਓ, ਅਸੀਂ ਉਹਦਾ ਮੂੰਹ ਮੋੜ ਕੇ ਹਰੀਕੇ ਲਿਆਉਣਾ ਚਾਹੁੰਦੇ ਹਾਂ, ਤਾਂ ਕਿ ਇੱਥੇ ਆਣ ਕੇ ਰਵੇ, ਤੁਹਾਡੀ ਮੱਛੀ ਵੀ ਖਾਣ ਤੇ ਬਾਕੀ ਵੀ ਕਾਰੋਬਾਰ। ਉਧਰ ਇਸ ਬਿਆਨ ਦੇ ਅਕਾਲੀ ਦਲ ਤੇ ਸਮਾਜ ਸੇਵਕਾਂ ਨੇ ਕਾਂਗਰਸ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਸਿੱਖਾਂ ਦੀ ਵਿਰੋਧੀ ਰਹੀ ਹੈ ਤੇ ਇਸੇ ਲਈ ਆਏ ਦਿਨ ਕਾਂਗਰਸ ਦੇ ਮੰਤਰੀ ਤੇ ਵਿਧਾਇਕ ਭੱਦੀ ਸ਼ਬਦਾਵਲੀ ਵਰਤ ਕੇ ਸਿੱਖ ਕੌਮ ਨੂੰ ਢਾ ਲਾਉਣ ਦਾ ਕੰਮ ਕਰ ਰਹੇ ਨੇ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਇਸ ਲਈ ਸਿੱਖ ਕੌਮ ਨੂੰ ਇਕੱਠੇ ਹੋਣਾ ਚਾਹੀਦਾ ਤੇ ਕਾਂਗਰਸ ਦੇ ਵਿਧਾਇਕਾਂ ਤੇ ਮੰਤਰੀਆਂ ਤੇ ਸਖ਼ਤ ਕਾਰਵਾਈ ਕਰਾਉਣੀ ਚਾਹੀਦੀ ਹੈ। ਕਿ ਕਾਂਗਰਸੀ MLAਆਂ ਦਾ, ਮੰਤਰੀਆਂ ਦਾ ਵਾਹਿਆ ਤਰੀਕੇ ਨਾਲ ਸਿੱਖੀ ਸਿਧਾਂਤਾਂ ਦੇ ਉਲਟ ਬੋਲਣਾ, ਇਹ ਕਿਤੇ ਨਾ ਕਿਤੇ ਗਾਂਧੀ ਪਰਿਵਾਰ ਦੀ ਚਾਲ ਲੱਗਦੀ ਹੈ ਔਰ ਗਾਂਧੀ ਪਰਿਵਾਰ ਦੀ ਸੋਚ ਤੇ ਪਹਿਰਾ ਜਿਹੜੇ ਦੇ ਰਹੇ ਆ। ਹਰਮਿੰਦਰ ਸਿੰਘ ਗਿੱਲ ਜਿਹੜੇ ਨੇ, ਮੇਰੀ ਜਾਣਕਾਰੀ ਦੇ ਮੁਤਾਬਕ ਉਹ ਅੰਮ੍ਰਿਤਧਾਰੀ ਸਿੱਖ ਨੇ, ਤੇ ਜੇ ਕੋਈ ਅੰਮ੍ਰਿਤਧਾਰੀ ਸਿੱਖ ਇਹ ਕਵੇ ਕਿ ਜਿਹੜੀ ਲੱਖਾਂ ਸੰਗਤ ਦਰਬਾਰ ਸਾਹਿਬ ਆਉਂਦੀ ਹੈ ਉਹਨੂੰ ਹਰੀਕੇ ਲਿਆ ਕੇ ਮੱਛੀਆਂ ਖਵਾਇਆ ਕਰਾਂਗੇ ਤੇ ਬਿਜ਼ਨਸ 'ਚ ਵਾਧਾ ਕਰਾਂਗੇ, ਇਦੋਂ ਅੱਤ ਨਿੰਗਦਣ ਕੋਈ ਗੱਲ ਹੋ ਨਹੀਂ ਸਕਦੀ। ਰੰਗਲਾ TV ਲਈ ਫਿਰੋਜ਼ਪੁਰ ਤੋਂ ਪਰਮਜੀਤ ਪੰਮਾ ਦੀ ਰਿਪੋਰਟ।